ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕਥਾ ਵਿਚਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਜਪਜੀ ਸਾਹਿਬ ਦੀ ਕਥਾ ਵਿਸਥਾਰ ਰੂਪ ਦੇ ਵਿੱਚ ਸਰਵਣ ਕਰਨ ਜਾ ਰਹੇ ਹਾਂ। ਮੂਲ ਮੰਤਰ ਤੋਂ ਸ਼ੁਰੂ ਕਰਕੇ ਇੱਕ ਓਅੰਕਾਰ, ਇਹ ਸ਼ਬਦ ਬੜਾ ਛੋਟਾ ਹੈ ਪਰ ਇਸ ਦੇ ਅਰਥ ਬੜੇ ਗਹਿਰੇ ਡੂੰਘੇ ਹਨ। ਮਹਾਰਾਜ ਕਹਿੰਦੇ ਕਿ ਪਰਮਾਤਮਾ ਇੱਕ ਹੈ। ਗੁਰੂ ਨਾਨਕ ਦੇਵ ਜੀ ਨੇ ਤਾਂ ਕਹਿ ਦਿੱਤਾ ਕਿ ਪਰਮਾਤਮਾ ਇੱਕ ਹੈ, ਪਰ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਵੱਖ ਵੱਖ ਧਰਮਾਂ ਦੇ ਆਪੋ ਆਪਣੇ ਦੇਵੀ ਦੇਵਤੇ, ਆਪੋ ਆਪਣੇ ਪਰਮਾਤਮਾ ਭਗਵਾਨ ਬਣਾਏ ਹੋਏ ਹਨ। ਫਿਰ ਇਹ ਕਿੱਦਾਂ ਹੋ ਸਕਦਾ ਕਿ ਪਰਮਾਤਮਾ ਇੱਕ ਹੈ? ਮੁਸਲਮਾਨ ਆਪਣਾ ਅਲੱਗ ਪਰਮਾਤਮਾ ਮੰਨਦੇ ਹਨ, ਹਿੰਦੂ ਅਲੱਗ, ਬੌਧ ਅਲੱਗ, ਜੈਨੀ ਅਲੱਗ, ਸਾਰੇ ਧਰਮਾਂ ਦੇ ਲੋਕ ਆਪਣੇ ਆਪਣੇ ਪਰਮਾਤਮਾ ਨੂੰ, ਆਪਣੇ ਆਪਣੇ ਭਗਵਾਨ ਨੂੰ ਧਿਆਉਂਦੇ ਹਨ, ਜਪਦੇ ਹਨ ਅਤੇ ਉਹ ਮੰਨਦੇ ਹਨ ਕਿ ਉਹਨਾਂ ਦਾ ਪਰਮਾਤਮਾ ਅਲੱਗ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਪਰਮਾਤਮਾ ਇੱਕ ਹੈ, ਇੱਕ ਓਅੰਕਾਰ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਦੇਖੋ, ਕੋਈ ਬੜਾ ਅਮੀਰ ਆਦਮੀ, ਉਸਨੇ ਕੀ ਕੀਤਾ ਕਿ ਮੰਨ ਲਓ ਭਾਰਤ ਦੇ ਵਿੱਚ ਅਲੱਗ ਅਲੱਗ ਜਿੱਦਾਂ ਰਾਜ ਹਨ, ਸਟੇਟਸ ਹਨ, ਉੱਥੇ ਅਲੱਗ ਅਲੱਗ ਰਾਜਾਂ ਦੇ ਲੋਕ ਜਿਸ ਤਰ੍ਹਾਂ ਅਲੱਗ ਅਲੱਗ ਭਾਸ਼ਾਵਾਂ ਬੋਲਦੇ ਹਨ, ਅਤੇ ਉਸ ਅਮੀਰ ਬੰਦੇ ਨੇ ਭਾਸ਼ਾਵਾਂ ਦੇ ਹਿਸਾਬ ਨਾਲ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ, ਅਲੱਗ ਅਲੱਗ ਸਟੇਟਾਂ ਦੇ ਵਿੱਚ ਸਕੂਲ ਖੋਲ੍ਹ ਦਿੱਤੇ ਲੋਕਾਂ ਦੀ ਭਾਸ਼ਾ ਦੇ ਮੁਤਾਬਿਕ। ਜਿੱਥੇ ਕੋਈ ਪੰਜਾਬੀ ਬੋਲਦਾ ਹੈ ਉੱਥੇ ਪੰਜਾਬੀ ਸਕੂਲ, ਜਿੱਥੇ ਕੋਈ ਇੰਗਲਿਸ਼ ਬੋਲਦਾ ਉੱਥੇ ਅੰਗਰੇਜ਼ੀ ਸਕੂਲ, ਜਿੱਥੇ ਕੋਈ ਹਿੰਦੀ ਬੋਲਦਾ ਉੱਥੇ ਹਿੰਦੀ ਸਕੂਲ, ਹਿੰਦੀ ਮੀਡੀਅਮ ਸਕੂਲ। ਪਰ ਜੇ ਦੇਖਿਆ ਜਾਵੇ ਤਾਂ ਮਾਲਕ ਤਾਂ ਉਹ ਇੱਕ ਹੈ, ਪਰ ਉਸਨੇ ਅਲੱਗ ਅਲੱਗ ਲੋਕਾਂ ਦੇ ਹਿਸਾਬ ਨਾਲ ਉੱਥੇ ਉੱਥੇ ਸਕੂਲ ਖੋਲ੍ਹ ਦਿੱਤੇ ਅਤੇ ਉੱਥੇ ਉੱਥੇ ਮੁੱਖ ਅਧਿਆਪਕ, ਪ੍ਰਿੰਸੀਪਲ, ਮੈਨੇਜਰ, ਪ੍ਰਧਾਨ ਬਣਾ ਦਿੱਤੇ ਵੱਡੇ ਵੱਡੇ ਅਹੁਦਿਆਂ 'ਤੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਤਾਂ ਸਾਨੂੰ ਇਹ ਲੱਗਦਾ ਹੈ ਕਿ ਉਹੀ ਪ੍ਰਧਾਨ, ਉਹੀ ਪ੍ਰਿੰਸੀਪਲ ਸਕੂਲ ਦੇ ਮਾਲਕ ਹਨ, ਵੀ ਇਹੀ ਸਭ ਕੁਝ ਹਨ। ਪਰ ਜਦਕਿ ਸੱਚਾਈ ਇਹ ਹੈ ਕਿ ਮਾਲਕ ਕੋਈ ਇੱਕ ਹੈ ਜੋ ਸਾਰਿਆਂ ਤੋਂ ਉੱਪਰ ਬੈਠ ਕੇ ਕੰਮ ਕਰ ਰਿਹਾ ਹੈ। ਇਸ ਕਰਕੇ ਪਰਮਾਤਮਾ ਨੂੰ ਸਮਝਣਾ ਬੜਾ ਮੁਸ਼ਕਿਲ ਹੈ ਅਤੇ ਗੁਰਬਾਣੀ ਸਾਨੂੰ ਇਹੀ ਗਿਆਨ ਕਰਾਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਪਰਮਾਤਮਾ ਨੂੰ ਜਪਣਾ ਹੈ। ਨਾਮ ਭਾਵੇਂ ਕੋਈ ਵੀ ਜਪੋ, ਅੱਲਾ, ਰਾਮ, ਬੀਠਲ, ਗੁਰਬਾਣੀ ਦੇ ਵਿੱਚ ਪਰਮਾਤਮਾ ਦੇ ਬੜੇ ਨਾਵਾਂ ਦਾ ਵਰਣਨ ਕੀਤਾ ਗਿਆ ਹੈ। ਅਤੇ ਪਰਮਾਤਮਾ ਦਾ ਕੋਈ ਧਰਮ ਵੀ ਨਹੀਂ ਹੈ, ਨਾ ਪਰਮਾਤਮਾ ਸਿੱਖ ਹੈ, ਨਾ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਬੋਧੀ ਹੈ, ਨਾ ਜੈਨੀ ਹੈ। ਜਾਪ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਧਰਮ ਵੀ ਉਸ ਪਰਮਾਤਮਾ ਨੂੰ ਨਮਸਕਾਰ ਹੈ ਜਿਸ ਦਾ ਕੋਈ ਵੀ ਧਰਮ ਨਹੀਂ ਹੈ, ਕੋਈ ਜਾਤ ਪਾਤ ਨਹੀਂ ਹੈ।
ਉਹ ਧਰਮ ਤੋਂ ਦੂਰ ਹੈ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਸਤ ਨਾਮ, ਅਤੇ ਪਰਮਾਤਮਾ ਦਾ ਨਾਮ ਸਤ ਹੈ। ਸਤ ਤੋਂ ਭਾਵ ਸੱਚਾ ਹੈ। ਬਾਕੀ ਸਾਰੀ ਰਚਨਾ, ਸਾਰੀ ਦੁਨੀਆ ਝੂਠ ਹੈ, ਜਾਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਸੱਚਾ ਕੀ ਹੈ? ਪਰਮਾਤਮਾ ਦਾ ਨਾਮ। ਹੋਰ ਸਭ ਚੀਜ਼ਾਂ ਝੂਠ ਹਨ। ਕਰਤਾ ਪੁਰਖ ਅਤੇ ਪਰਮਾਤਮਾ ਸਾਰੀ ਚੀਜ਼ਾਂ ਦਾ, ਸਾਰੀ ਸ੍ਰਿਸ਼ਟੀ ਦਾ, ਸਾਰੇ ਜੀਵਾਂ ਦਾ ਕਰਤਾ ਹੈ। ਅਤੇ ਜੇ ਉਹ ਕਰਤਾ ਹੈ ਤਾਂ ਫਿਰ ਅਸੀਂ ਮਤਲਬ ਕੁਝ ਵੀ ਨਹੀਂ ਕਰ ਰਹੇ। ਜੋ ਕੁਝ ਕਰ ਰਿਹਾ ਪਰਮਾਤਮਾ ਕਰ ਰਿਹਾ। ਸੰਸਕ੍ਰਿਤ ਵਿੱਚ ਵਿਉਤਪੱਤੀ ਅਨੁਸਾਰ ਪੁਰਖ ਦਾ ਭਾਵ ਇਸ ਲਫਜ਼ ਦਾ ਅਰਥ ਇਉਂ ਕੀਤਾ ਗਿਆ, ਪੂਰ ਛੇਤੇ ਇਤ ਪੁਰਸ਼, ਭਾਵ ਜੋ ਸਰੀਰ ਵਿੱਚ ਲੇਟਿਆ ਹੋਇਆ। ਸੰਸਕ੍ਰਿਤ ਵਿੱਚ ਆਮ ਪ੍ਰਚਲਿਤ ਅਰਥ ਹੈ ਮਨੁੱਖ। ਪੁਰਖ ਤੋਂ ਭਾਵ ਹੈ ਮਨੁੱਖ। ਗੀਤਾ ਦੇ ਵਿੱਚ ਪੁਰਖ ਆਤਮਾ ਦੇ ਅਰਥ ਵਿੱਚ ਵਰਤਿਆ ਗਿਆ। ਰਘੂਵੰਸ਼ ਵਿੱਚ ਇਹ ਸ਼ਬਦ ਬ੍ਰਹਿਮੰਡ ਵਾ ਆਤਮਾ ਦੇ ਅਰਥਾਂ ਵਿੱਚ ਆਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੁਰਖ ਦਾ ਅਰਥ ਹੈ ਉਹ ਓਅੰਕਾਰ ਜੋ ਸਾਰੇ ਜਗਤ ਦੇ ਵਿੱਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿੱਚ ਰਮ ਰਿਹਾ ਹੈ। ਮਨੁੱਖ ਅਤੇ ਆਤਮਾ ਅਰਥ ਵਿੱਚ ਵੀ ਇਹ ਸ਼ਬਦ ਕਈ ਥਾਈਂ ਆਇਆ। ਨਿਰਭਉ ਅਤੇ ਪਰਮਾਤਮਾ ਨਿਰਭਉ ਹੈ। ਉਹਨੂੰ ਕਿਸੇ ਵੀ ਚੀਜ਼ ਦਾ, ਕਿਸੇ ਮਨੁੱਖ ਦਾ, ਕਿਸੇ ਜੀਵ ਜੰਤੂ ਦਾ, ਕਿਸੇ ਰਾਕਸ਼ਸ ਦਾ, ਕਿਸੇ ਦੇਵੀ ਦੇਵਤੇ ਦਾ ਕੋਈ ਡਰ ਭੈ ਨਹੀਂ ਹੈ। ਉਹ ਕਿਸੇ ਤੋਂ ਵੀ ਨਹੀਂ ਡਰਦਾ। ਇੱਕ ਛਿੰਨ ਦੇ ਵਿੱਚ ਕਿਸੇ ਨੂੰ ਵੀ ਤਬਾਹ ਕਰ ਸਕਦਾ, ਨਸ਼ਟ ਕਰ ਸਕਦਾ ਹੈ। ਪਰਮਾਤਮਾ ਸਰਬ ਸ਼ਕਤੀਮਾਨ ਹੈ, ਨਿਰਵੈਰ, ਅਤੇ ਉਸਦਾ ਕਿਸੇ ਨਾਲ ਵੈਰ ਵੀ ਨਹੀਂ ਹੈ। ਅਸੀਂ ਕਿਤਨੇ ਪਾਪ ਕਰਦੇ ਹਾਂ ਦਿਨ ਦੇ ਵਿੱਚ, ਜੀਵਨ ਦੇ ਵਿੱਚ ਕਿਤਨੇ ਪਾਪ ਕਰਦੇ ਹਾਂ, ਪਰ ਇਹਦਾ ਮਤਲਬ ਇਹ ਥੋੜ੍ਹੀ ਕਿ ਪਰਮਾਤਮਾ ਸਾਨੂੰ ਨਾਲ ਦੀ ਨਾਲ ਮਾਰ ਦੇਵੇ, ਬਦਲਾ ਲੈਣ ਲੱਗ ਜਾਵੇ, ਪਰਮਾਤਮਾ ਸਾਡੇ ਨਾਲ ਵੈਰ ਪਾ ਲਵੇ। ਮੰਨ ਲਓ ਕੋਈ ਪਾਪ ਹੋ ਗਿਆ, ਪਰ ਅਸੀਂ ਪ੍ਰਾਸ਼ਚਿਤ ਕਰਨਾ ਚਾਹੁੰਦੇ ਹਾਂ, ਪਛਤਾਵਾ ਹੋ ਰਿਹਾ, ਪਰਮਾਤਮਾ ਦਾ ਸਿਮਰਨ ਕਰਨਾ ਆਰੰਭ ਕਰ ਦਿੱਤਾ, ਨਿਮਰਤਾ ਆ ਗਈ, ਸਬਰ ਆ ਗਿਆ, ਸੰਤੋਖ ਆ ਗਿਆ, ਗਿਆਨ ਹੋ ਗਿਆ। ਅਤੇ ਜੇ ਪਰਮਾਤਮਾ ਸਾਡੇ ਪਾਪ ਦੇਖਣ ਲੱਗ ਜਾਵੇ, ਅਸੀਂ ਸੋਚਦੇ ਹਾਂ ਕਿ ਅਸੀਂ ਬੜੇ ਪਾਪ ਕਰ ਲਏ। ਬਹੁਤੇ ਮਨੁੱਖ, ਬਹੁਤੇ ਲੋਕ ਇਸ ਕਰਕੇ ਵੀ ਨਾਮ ਨਹੀਂ ਜਪਦੇ, ਉਹ ਸੋਚਦੇ ਕਿ ਬੜੇ ਪਾਪ ਕਰ ਲਏ, ਹੁਣ ਨਾਮ ਜਪਣ ਦਾ ਫਾਇਦਾ ਕੀ ਹੈ। ਪਰ ਮਹਾਰਾਜ ਕਹਿੰਦੇ ਆ ਗਿਆ, ਸੁਧਰ ਚਲੋ ਨੰਦ ਲਾਲਾ ਪਾਛੈ, ਜੋ ਬੀਤੀ ਸੋ ਬੀਤੀ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਪਰਮਾਤਮਾ ਵੈਰ ਨਹੀਂ ਰੱਖਦਾ, ਖੁੰਦਕ ਨਹੀਂ ਰੱਖਦਾ। ਉਹ ਤਾਂ ਕਹਿੰਦਾ ਜੋ ਬੀਤ ਗਿਆ ਸੋ ਬੀਤ ਗਿਆ, ਜੋ ਪਾਪ ਕੀਤੇ ਸੋ ਕੀਤੇ, ਅੱਗੇ ਤੋਂ ਸੁਧਰ ਕੇ ਚੱਲੋ। ਅਕਾਲ ਮੂਰਤ ਸ਼ਬਦ ਮੂਰਤ ਇਸਤਰੀ ਲਿੰਗ ਹੈ। ਅਕਾਲ ਇਸ ਦਾ ਵਿਸ਼ੇਸ਼ਣ ਹੈ। ਇਹ ਵੀ ਇਸਤਰੀ ਲਿੰਗ ਰੂਪ ਵਿੱਚ ਲਿਖਿਆ ਗਿਆ। ਜੇ ਸ਼ਬਦ ਅਕਾਲ ਇਕੱਲਾ ਹੀ ਪੁਰਖ ਨਿਰਭਉ ਨਿਰਵੈਰ ਵਾਂਗ ਓਅੰਕਾਰ ਦਾ ਗੁਣ ਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿੱਚ ਹੁੰਦਾ। ਉਸਦੀ ਹਸਤੀ
ਕਾਲ ਤੋਂ ਰਹਿਤ ਹੈ, ਭਾਵ ਉਸ 'ਤੇ ਸਮੇਂ ਦਾ ਕੋਈ ਵੀ ਪ੍ਰਕੋਪ ਨਹੀਂ। ਪਰਮਾਤਮਾ ਸਮੇਂ ਦੇ ਵਿੱਚ ਨਹੀਂ ਆਉਂਦਾ, ਸਮੇਂ ਤੋਂ ਪਰੇ ਹੈ, ਮ੍ਰਿਤਿਯੂ ਤੋਂ ਪਰੇ ਹੈ, ਮੌਤ ਤੋਂ ਪਰੇ ਹੈ। ਅਜੂਨੀ ਫਿਰ ਉਹ ਜੂਨਾਂ ਦੇ ਵਿੱਚ ਵੀ ਨਹੀਂ ਆਉਂਦਾ। ਇਹ ਸਿੱਧਾ ਸਿੱਧਾ ਜਵਾਬ ਹੈ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਹਨ ਕਿ ਜਿਤਨੇ ਵੀ ਅਵਤਾਰ ਹੋਏ ਹਨ ਉਹੀ ਪਰਮਾਤਮਾ ਹੀ ਹਨ, ਉਹ ਅਕਾਲ ਪੁਰਖ ਹੀ ਹਨ। ਪਰ ਉਹ ਜੂਨਾਂ ਦੇ ਵਿੱਚ ਆ ਗਏ, ਉਹਨਾਂ ਦਾ ਜਨਮ ਵੀ ਹੋਇਆ, ਮ੍ਰਿਤਿਯੂ ਵੀ ਹੋਈ, ਫਿਰ ਉਹ ਪਰਮਾਤਮਾ ਕਿਸ ਤਰ੍ਹਾਂ ਹੋ ਸਕਦੇ ਹਨ? ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਜਿਸ ਬੰਦੇ ਦਾ ਜਨਮ ਹੋ ਗਿਆ ਉਹ ਪਰਮਾਤਮਾ ਨਹੀਂ ਹੈ, ਉਹ ਅਕਾਲ ਪੁਰਖ ਨਹੀਂ ਹੈ। ਪਰਮਾਤਮਾ ਤਾਂ ਜੂਨਾਂ ਦੇ ਵਿੱਚ ਆਉਂਦਾ ਹੀ ਨਹੀਂ ਹੈ, ਅਜੂਨੀ ਹੈ। ਸਹਿ ਭੰਗ, ਉਹ ਆਪਣੇ ਆਪ ਤੋਂ ਪ੍ਰਗਟ ਹੋਇਆ ਹੈ, ਨਾ ਉਸਦੀ ਕੋਈ ਮਾਤਾ ਹੈ, ਨਾ ਉਸਦਾ ਕੋਈ ਪਿਤਾ ਹੈ, ਨਾ ਕੋਈ ਉਸਦਾ ਭਰਾ, ਭੈਣ, ਪਤਨੀ, ਕੁਝ ਵੀ ਨਹੀਂ ਹੈ, ਉਹ ਇਕੱਲਾ ਹੈ। ਇਕੱਲਾ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ, ਆਪਣੇ ਆਪ ਤੋਂ ਹੀ ਪੈਦਾ ਹੋਇਆ, ਪ੍ਰਗਟ ਹੋਇਆ ਗੁਰਪ੍ਰਸਾਦ। ਫਿਰ ਉਸਦੀ ਪ੍ਰਾਪਤੀ ਸਾਨੂੰ ਕਿਵੇਂ ਹੋਏਗੀ? ਉਸਦੀ ਪ੍ਰਾਪਤੀ ਸਾਨੂੰ ਗੁਰੂ ਦੇ ਦਰਸਾਏ ਮਾਰਗ ਉੱਤੇ ਚੱਲ ਕੇ ਗੁਰੂ ਦੀ ਕਿਰਪਾ ਨਾਲ। ਉਹ ਗੁਰੂ ਕਿਸੇ ਵੀ ਧਰਮ ਦਾ ਹੋ ਸਕਦਾ ਹੈ, ਜ਼ਰੂਰੀ ਨਹੀਂ ਕਿ ਆਪਣੇ ਸਿੱਖਾਂ ਦੇ ਧਰਮ ਦਾ ਹੋਵੇ, ਆਪਣੇ ਸਿੱਖਾਂ ਦੇ ਗੁਰੂ ਹੋਣ, ਉਹ ਕਿਸੇ ਵੀ ਧਰਮ ਦਾ ਹੋ ਸਕਦਾ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੱਖ ਵੱਖ ਧਰਮਾਂ ਦੇ ਭਗਤਾਂ, ਫਕੀਰਾਂ, ਸੰਤਾਂ, ਭਗਤਾਂ ਦੀ ਬਾਣੀ ਦਰਜ ਕੀਤੀ ਗਈ, ਤਾਂ ਜੋ ਸਾਡਾ ਇਹ ਧਰਮਾਂ ਦੇ ਨਾਮ 'ਤੇ ਜੋ ਭੇਦਭਾਵ ਚੱਲ ਰਹੇ ਹਨ ਉਹ ਦੂਰ ਹੋ ਸਕਣ। ਪਰ ਅੱਜ ਅਸੀਂ ਫੇਰ ਧਰਮਾਂ ਦੇ ਜਾਲ ਦੇ ਵਿੱਚ ਫਸ ਗਏ ਹਾਂ, ਫੇਰ ਵਿਤਕਰਾ ਕਰਨ ਲੱਗ ਗਏ ਹਾਂ। ਮਹਾਰਾਜ ਕਹਿੰਦੇ ਹਨ, ਸਰਬ ਧਰਮ ਮੈਂ ਸ੍ਰੇਸ਼ਟ ਕਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਪਰਮਾਤਮਾ ਦਾ ਨਾਮ ਜਪ ਸਭ ਤੋਂ ਸ੍ਰੇਸ਼ਟ ਧਰਮ ਇਹੀ ਹੈ, ਨਿਰਮਲ ਕਰਮ ਕਰ, ਚੰਗੇ ਕਰਮ ਕਰ, ਵਿਤਕਰਾ ਨਾ ਕਰ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੁਝ ਵੀ ਬੋਲੋ, ਪਰਮਾਤਮਾ ਦਾ ਕੋਈ ਵੀ ਨਾਮ ਜਪੋ, ਪਰ ਇੱਕ ਜਪੋ। ਜਪ, ਇਹ ਜੋ ਬਾਣੀ ਹੈ ਜਪਜੀ ਸਾਹਿਬ, ਇਸ ਦਾ ਨਾਮ ਹੈ ਜਪ। ਆਪਾਂ ਸਨਮਾਨ ਦੇਣ ਲਈ ਜੀ ਆਖ ਦਿੰਦੇ ਹਾਂ, ਪਰ ਇਸਦਾ ਨਾਮ ਜਪ ਹੈ। ਪਰ ਆਪਾਂ ਆਦਰ ਲਈ, ਸਨਮਾਨ ਲਈ ਜਪ ਜੀ ਸਾਹਿਬ ਕਹਿ ਕੇ ਇਸ ਨੂੰ ਬੁਲਾਉਂਦੇ ਹਾਂ। ਇਹ ਸਾਰੀ ਬਾਣੀ ਦਾ ਨਾਮ ਜਪ ਹੈ। ਆਦ ਸੱਚ, ਜੁਗਾਦ ਸੱਚ, ਹੇ ਨਾਨਕ ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ, ਇਸ ਵੇਲੇ ਵੀ ਮੌਜੂਦ ਹੈ ਅਤੇ ਅਗਾਂਹ ਵੀ ਮੌਜੂਦ ਰਹੇਗਾ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ। ਪੁਰਾਣਿਆਂ ਸਮਿਆਂ ਦੇ ਵਿੱਚ ਵੀ ਉਹ ਸੱਚ ਸੀ, ਨਾਨਕ ਹੋਸੀ ਭੀ ਸੱਚ, ਅਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਵੀ ਉਹ ਸੱਚ ਹੀ ਰਹੇਗਾ। ਅਸੀਂ ਕਦੇ ਇਹ ਨਹੀਂ ਕਹਿ ਸਕਦੇ ਕਿ ਪਹਿਲਾਂ, ਬਹੁਤ ਸਾਲ ਪਹਿਲਾਂ ਇੱਕ ਪਰਮਾਤਮਾ ਹੁੰਦਾ ਸੀ,
ਜਦ ਕਿ ਅਸੀਂ ਕਹਿੰਦੇ ਹਾਂ ਸਾਡਾ ਦਾਦਾ ਹੁੰਦਾ ਸੀ, ਪੜਦਾਦਾ ਹੁੰਦਾ ਸੀ, ਉਹ ਰਾਜਾ ਹੁੰਦਾ ਸੀ, ਇਹ ਰਾਜਾ ਹੁੰਦਾ ਸੀ, ਉਹ ਰਾਣੀ ਹੁੰਦੀ ਸੀ, ਅੱਜ ਤੋਂ 100 ਸਾਲ ਪਹਿਲਾਂ, 500 ਸਾਲ ਪਹਿਲਾਂ ਇਹ ਚੀਜ਼ ਹੁੰਦੀ ਸੀ, ਸੀ ਸ਼ਬਦ ਵਰਤਦੇ ਸੀ, ਸੀ ਸ਼ਬਦ ਵਰਤਦੇ ਹਾਂ ਅਸੀਂ ਜਦੋਂ ਕੋਈ ਚੀਜ਼ ਚਲੀ ਗਈ ਹੁੰਦੀ ਹੈ ਇਸ ਸੰਸਾਰ ਤੋਂ। ਪਰ ਅਸੀਂ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਇੱਕ ਪਰਮਾਤਮਾ ਹੁੰਦਾ ਸੀ। ਜੋ ਇਹ ਪੰਕਤੀ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ, ਇਹ ਸਲੋਕ ਹੈ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ। ਦੋ ਸਲੋਕ ਹਨ, ਇੱਕ ਇਹ ਸਲੋਕ ਹੈ ਅਤੇ ਇੱਕ ਸਲੋਕ ਪਵਨ ਗੁਰੂ ਪਾਣੀ ਪਿਤਾ ਅੰਤ ਦੇ ਵਿੱਚ। ਬਹੁਤੇ ਲੋਕ ਇਸ ਦੁਬਿਧਾ ਵਿੱਚ ਪਏ ਹਨ ਕਿ ਇਹ ਵੀ ਮੰਗਲਾਚਰਨ ਹੈ, ਇਹ ਵੀ ਮੂਲ ਮੰਤਰ ਹੈ, ਪਰ ਨਹੀਂ, ਇਸ ਦਾ ਸਬੂਤ ਸੁਖਨੀ ਸਾਹਿਬ ਦੇ ਵਿੱਚ ਮਿਲਦਾ ਹੈ ਸਾਨੂੰ। ਇਹੀ ਸੇਮ ਪੰਗਤੀਆਂ, ਇਹੀ ਸਲੋਕ ਅਸੀਂ ਪੜ੍ਹਦੇ ਹਾਂ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਉਸੀ ਭੀ ਸੱਚ। ਇਹ ਸਭ ਚੀਜ਼ਾਂ ਸਮਝਣ ਵਾਸਤੇ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ ਹੈ, ਤਾਂ ਜੋ ਸਾਨੂੰ ਪਤਾ ਚੱਲੇ ਕਿ ਗੁਰੂ ਸਾਨੂੰ ਕੀ ਕਹਿਣਾ ਚਾਹੁੰਦੇ ਹਨ। ਬਾਣੀ ਦੇ ਅਰਥ ਬੜੇ ਡੂੰਘੇ ਹਨ, ਪੜ੍ਹਨ ਦੇ ਨਾਲ ਸਾਨੂੰ ਕੋਈ ਵੀ ਲਾਭ ਨਹੀਂ ਹੋਏਗਾ। ਜਦੋਂ ਤੱਕ ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ, ਅਰਥ ਵਿਚਾਰ ਨਹੀਂ ਕਰਦੇ, ਉਦੋਂ ਤੱਕ ਪੜ੍ਹਨ ਦਾ ਸਾਨੂੰ ਕੋਈ ਵੀ ਲਾਭ ਨਹੀਂ ਹੈ। ਹਾਂ, ਪੜ੍ਹਨਾ ਜ਼ਰੂਰੀ ਹੈ ਤਾਂ ਜੋ ਸਾਨੂੰ ਪਹਿਲਾਂ ਪੜ੍ਹਨਾ ਆਵੇ, ਪਰ ਜੇ ਅਸੀਂ ਸਿਰਫ ਪੜ੍ਹ ਹੀ ਰਹੇ ਹਾਂ ਤਾਂ ਉਸ ਦਾ ਸਾਨੂੰ ਕੋਈ ਵੀ ਲਾਭ ਨਹੀਂ ਹੈ। ਮੰਨ ਲਓ ਅਸੀਂ ਕੋਈ ਚੀਜ਼ ਪੜ੍ਹ ਰਹੇ ਹਾਂ ਤਾਂ ਪਰ ਸਾਨੂੰ ਕੁਝ ਸਮਝ ਨਹੀਂ ਆ ਰਿਹਾ, ਤਾਂ ਉਸਨੂੰ ਪੜ੍ਹਨ ਦਾ ਕੋਈ ਵੀ ਲਾਭ ਨਹੀਂ ਹੈ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਦਿਨਾਂ ਸਿਓ ਸੰਗਨ ਛੁਟਕਿਓ ਅਧਿਕ ਅਹੁੰ ਬਦਬਾਦੇ। ਇਹ ਪਾਠ ਪੜ੍ਹਨ ਨਾਲ ਸਾਨੂੰ ਕੋਈ ਵੀ ਲਾਭ ਨਹੀਂ ਹੋਏਗਾ, ਸਾਨੂੰ ਉਸਨੂੰ ਸਮਝਣਾ ਚਾਹੀਦਾ। ਸਭ ਤੋਂ ਉੱਤਮ ਹਰ ਕੀ ਕਥਾ, ਕਥਾ ਕੀ ਹੈ? ਗੁਰਬਾਣੀ ਦੇ ਅਰਥ ਵਿਚਾਰ ਸਰਵਣ ਕਰਨੇ। ਹਾਂ, ਉਹ ਅਸੀਂ ਕਿਸੇ ਤੋਂ ਸਰਵਣ ਕਰ ਵੀ ਸਕਦੇ ਹਾਂ ਜਾਂ ਅਸੀਂ ਖੁਦ ਵੀ ਪੜ੍ਹ ਸਕਦੇ ਹਾਂ, ਖੁਦ ਵਿਚਾਰ ਕਰ ਸਕਦੇ ਹਾਂ। ਅੱਜ ਦੇ ਸਮੇਂ ਦੇ ਵਿੱਚ ਗੁਰਬਾਣੀ ਦੇ ਅਰਥ ਕਰਨੇ, ਪੜ੍ਹਨੇ, ਸਿੱਖਣੇ ਬੜੇ ਸੌਖੇ ਹੋ ਗਏ ਹਨ। ਬੜੀਆਂ ਸਾਨੂੰ ਪੋਥੀ ਸਾਹਿਬ ਮਿਲ ਜਾਂਦੀਆਂ ਹਨ। ਕਿਤੋਂ ਵੀ ਅਸੀਂ ਪੋਥੀ ਸਾਹਿਬ ਲੈ ਕੇ ਅਰਥ ਵਿਚਾਰ ਪੜ੍ਹ ਸਕਦੇ ਹਾਂ, ਅਧਿਐਨ ਕਰ ਸਕਦੇ ਹਾਂ। ਇਸ ਤੋਂ ਅੱਗੇ ਜਪਜੀ ਸਾਹਿਬ ਦੀ ਬਾਣੀ ਦਾ ਆਰੰਭ ਹੁੰਦਾ, ਮਜਮੂਨ ਹੁੰਦਾ। ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ, ਪਾਠ ਕਰਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।